ਸਾਹਸੰਗਤ ਜੀ ਲੋਰੈਂਸ ਬਿਸ਼ਨੋਈ ਮੂਸੇਵਾਲੇ ਦੇ ਕਤਲ ਕਰਕੇ ਹੁਣ ਐਨ ਨਿਸ਼ਾਨੇ ਤੇ ਹੈ ਅਤੇ ਹੁਣ ਇਹ ਕਹਿਣਾ ਬਿਲਕੁਲ ਹੀ ਗਲਤ ਨਹੀਂ ਹੋਏਗਾ ਕਿ ਹੁਣ ਕੁਝ ਟਾਈਮ ਦੀ ਗੱਲ ਹੈ ਕਿ ਲੋਰੈਂਸ ਬਿਸ਼ਨੋਈ ਦੀ ਗੇਮ ਓਵਰ ਕਰ ਦਿੱਤੀ ਜਾਊ। ਲੋਰੈਂਸ ਬਿਸ਼ਨੋਈ ਦਾ ਗੈਂਗਵਾਰ ਜਾਂ ਫਿਰ ਇਨਕਾਊਂਟਰ 'ਚ ਮਰਨਾ ਤੈਅ ਮੰਨਿਆ ਜਾ ਰਿਹਾ ਅਤੇ ਨਾਲ ਹੀ ਦੂਜੇ ਪਾਸੇ ਮਨਕੀਰਤ ਔਲਖ ਨੂੰ ਇੰਡੀਆ ਦੇ ਮੋਸਟ ਵਾਂਟਡ ਨੀਰਜ ਬਵਾਨਾ ਗਰੁੱਪ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਨਕੀਰਤ ਔਲਖ ਦੇ ਬਿਸ਼ਨੋਈ ਨਾਲ ਲਿੰਕ ਹਨ। ਇਹ ਗੱਲ ਹੁਣ ਮਨਕੀਰਤ ਦੀ ਇੱਕ ਪੁਰਾਣੀ ਪੋਸਟ ਤੋਂ ਸਾਬਿਤ ਹੋ ਚੁੱਕੀ ਹੈ। ਮਨਕੀਰਤ ਔਲਖ ਦੀ ਕੁਝ ਸਮੇਂ ਪਹਿਲਾਂ ਦੀ ਪੋਸਟ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਆ ਹੁਣ ਤੋਂ ਦੱਸਦਾ ਕਿ ਇਸ ਨੇ ਆਪਣੀ ਪੋਸਟ ਕੀ ਮੈਂਸ਼ਨ ਕੀਤਾ ਸੀ। ਸ਼ੋਅ ਤਾਂ ਬਹੁਤ ਲਾਏ ਪਰ ਜੇਲ੍ਹ 'ਚ ਕੱਲ ਪਹਿਲੀ ਵਾਰ ਲਾਇਆ। ਕੱਲ ਸੀ ਜੀ ਸ਼ੋਅ ਆਪਣਾ ਰੋਪੜ ਜੇਲ੍ਹ ਵਿੱਚ ਮੇਰੇ ਵੀਰ ਲੋਰੈਂਸ ਬਿਸ਼ਨੋਈ ਹੋਰਾਂ ਨਾਲ। ਨਾਲੇ ਰੱਬ ਮੇਰੇ ਯਾਰਾਂ ਤੇ ਮਿਹਰ ਕਰੇ ਜਲਦੀ ਇਹ ਸਭ ਬਾਹਰ ਆਉਣਗੇ। ਸ਼ੋਅ ਸਪੌਂਸਰਡ ਬਾਏ ਵਿੱਕੀ ਮਿੱਧੂ ਖੇੜਾ। ਇਸ ਪੋਸਟ ਅਖੀਰ ਜਿਸ ਮਿੱਕੂ ਮਿੱਧੂ ਖੇੜਾ ਦਾ ਨਾਮ ਮੈਂਸ਼ਨ ਕੀਤਾ ਗਿਆ ਹੈ ਇਹ ਉਹੀ ਸ਼ਖਸ ਹੈ ਜਿਸ ਦਾ ਇਸ ਸਾਲ ਫਰਵਰੀ 'ਚ ਮੁਹਾਲੀ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿੱਕੀ ਮਿੱਧੂ ਖੇੜਾ ਮਨਕੀਰਤ ਦਾ ਬੇਹਦ ਹੀ ਕਰੀਬੀ ਹੋਇਆ ਕਰਦਾ ਸੀ। ਮਿੱਧੂ ਖੇੜਾ ਦੀ ਮੌਤ ਵੇਲੇ ਵੀ ਮਨਕੀਰਤ ਇਹਦੇ ਘਰ ਪਹੁੰਚਿਆ ਸੀ ਤੇ ਵਿੱਕੀ ਨੂੰ ਆਪਣਾ ਭਰਾ ਦੱਸਦੇ ਹੋਏ ਕਾਤਲਾਂ ਬਾਰੇ ਇਹ ਗੱਲ ਕਹੀ ਸੀ। 12 ਵਜੇ ਫੋਨ ਕਰ ਦੇਣਾ, 1 ਵਜੇ ਫੋਨ ਕਰ ਦੇਣਾ। ਮੈਂ ਆਪ ਪਰਸਨਲੀ ਕਈ ਵਾਰੀ 2 ਵਜੇ ਫੋਨ ਕਰ ਦੇਣਾ, ਵੀਰੇ ਵੀ ਐਂ ਕਰਕੇ ਇੱਥੇ ਆ। 5 ਮਿੰਟਾਂ 'ਚ 10 ਮਿੰਟਾਂ 'ਚ ਜਿੰਨਾ ਵੀ ਮੈਂ ਦੂਰ ਹੁੰਦਾ ਸੀ ਹਮੇਸ਼ਾ ਮੇਰਾ ਭਰਾ ਮੇਰੇ ਲਈ ਪਹੁੰਚਿਆ। ਸੋ ਬਹੁਤ ਬਹੁਤ ਵੱਡਾ ਘਾਟਾ ਹੋਇਆ ਜਿਹੜਾ ਪਰਿਵਾਰ ਨੂੰ ਪਰਿਵਾਰ ਨਾਲ ਤਾਂ ਜੋ ਹੋਇਆ ਹੋਇਆ, ਉਸ ਤੋਂ ਬਾਅਦ ਜਿਹੜੇ ਸੱਜਣਾਂ ਨਾਲ ਸਾਡੇ ਭਰਾ, ਮੈਂ ਇੱਕ ਆਰਟਿਸਟ ਹੋ ਕੇ ਮੈਨੂੰ ਕਦੇ ਵੀ ਕਦੇ ਕੋਈ ਪਰੇਸ਼ਾਨੀ ਆਉਣੀ, ਕਦੇ ਕੋਈ ਦਿੱਕਤ ਆਉਣੀ ਮੈਂ ਕਦੇ ਆਪਦੇ ਘਰਦਿਆਂ ਨਾਲ ਨਹੀਂ ਸਾਂਝੀ ਕੀਤੀ। ਮੈਂ ਹਮੇਸ਼ਾ ਆਪਦੇ ਭਰਾ ਨਾਲ ਸਾਂਝੀ ਕੀਤੀ ਵੀ ਵਿੱਕੀ ਵੀ ਰਾਹ ਹੋ ਗਿਆ, ਐਵੇਂ ਹੋ ਗਿਆ, ਅੱਜ ਕੋਈ ਆਹ ਗੱਲ ਹੋ ਗਈ, ਆਹ ਬਾਤ ਹੋ ਗਈ। ਮੇਰੇ ਤੱਕ ਕਦੇ ਪਰੇਸ਼ਾਨੀ ਮੇਰੇ ਭਰਾ ਨੇ ਆਉਣ ਨਹੀਂ ਦਿੱਤੀ, ਪਰ ਜੋ ਰੱਬ ਨੂੰ ਮਨਜ਼ੂਰ, ਪਰ ਜੋ ਵੀ ਚੀਜ਼ ਹੈਗੀ ਆ, ਜਿਨ੍ਹਾਂ ਨੇ ਇੱਕ ਚੀਜ਼ ਕੀਤੀ ਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਆ ਕਿ ਸਾਡੇ ਮੇਰੇ ਭਰਾ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਬਵਾਨਾ ਗਰੁੱਪ ਦੇ ਵੱਲੋਂ ਕੱਲ੍ਹ ਬਿਸ਼ਨੋਈ ਦੀ ਫੋਟੋ ਪਾ ਕੇ ਕੈਪਸ਼ਨ 'ਚ ਲਿਖਿਆ ਗਿਆ, ਲੋ ਰਿਜ਼ਲਟ ਆਉਣੇ ਸ਼ੁਰੂ ਹੋ ਗਏ, ਸਿੱਧੂ ਬਾਏ ਕੇ ਫੈਨ ਕੋ ਥੋੜੀ ਸ਼ਾਂਤੀ ਹੋ ਗਈ, ਬਾਕੀ ਬਾਅਦ ਮੇਂ ਕਰੇਂਗੇ। ਅਤੇ ਗੈਂਗ ਦੇ ਇੱਕ ਹੋਰ ਮੈਂਬਰ ਵੱਲੋਂ ਮਨਕੀਰਤ ਔਲਖ ਅਤੇ ਲੋਰੈਂਸ ਬਿਸ਼ਨੋਈ ਦੀ ਫੋਟੋ ਉੱਪਰ ਕ੍ਰੋਸ ਮਾਰਕਰ ਉੱਪਰ ਕੈਪਸ਼ਨ 'ਚ ਲਿਖਿਆ ਗਿਆ, ਯਾਰ ਕਾ ਬਦਲਾ ਯਾਰ ਲੈਂਗੇ, ਯਾਰ ਨਹੀਂ। ਜਦਿਆਂ ਦੇ ਖਾਲਸਾ ਬੱਚਿਆਂ ਨੂੰ ਸਬਸਕ੍ਰਾਈਬ ਕਰ ਲਓ। ਵਾਹਿਗੁਰੂ ਖਾਲਸਾ, ਵਾਹਿਗੁਰੂ।